ਮਨ ਵੈਲਕਮ ਟੂ ਸ੍ਰੀ ਸ਼ੌਕਤ ਸੇ ਉਸੇ ਬਿਕਮਸ ਇਜ਼ ਯਰ ਤੇ ਜਿਵੇਂ ਤੁਹਾਨੂੰ ਪਤਾ ਜੀ ਹਾਈ ਕੋਰਟ ਆਫ ਪੰਜਾਬ ਐਂਡ ਹਰਿਆਣਾ ਦੇ ਵਿੱਚ ਆਪਣਾ 635 ईटीटी ਨੂੰ ਲੈ ਕੇ ਕਿਸ ਲੱਗਿਆ ਹੋਇਆ ਸੀ ਤੇ ਉਸ ਦੀ ਜਿਹੜੀ ਸੁਣਵਾਈ ਸੀ ਮੇਨ ਕੇਸ ਦੀ ਜੋ ਸੁਣਵਾਈ ਸੀ ਉਹ 30 ਮਾਰਚ ਦੀ ਸੀ ਲੇਕਿਨ ਉਸ ਨੂੰ ਲੈ ਕੇ ਸੀਐਮ ਦੇ ਕੇਸ ਲਗਾਏ ਗਏ ਸੀ ਆਪਣੀ ਈਟੀਟੀ ਯੂਨੀਅਨ ਵੱਲੋਂ ਤੇ ਉਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਡੇਟ ਆਪਾਂ ਨੂੰ ਮਿਲ ਗਈ ਹੈ ਤੇ ਡੇਟ ਜਿਹੜੀ ਆ ਉਹ ਸੀਐਮ ਦੇ ਵਿੱਚ ਆਪਾਂ ਨੂੰ 29 ਮਾਰਚ ਮਿਲੀ ਹੈ ਸੋ ਕੱਲ ਦੀ ਅਰਜੈਂਟ ਬੇਸਿਸ ਤੇ ਤੁਸੀਂ ਦੇਖ ਸਕਦੇ ਹੋ ਲਿਸਟ ਟਾਈਪ ਜਿਹੜਾ ਅਰਜੈਂਟ ਹੈ ਤਾਂ ਅਰਜੈਂਟ ਦੇ ਵਿੱਚ ਆਪਣਾ ਕੇਸ ਦੀ ਜਿਹੜੀ ਸੁਣਵਾਈ ਹੋਣ ਵਾਲੀ ਹੈ ਤੇ ਨੈਕਸਟ ਡੇਟ ਆਪਣੀ ਜਿਹੜੀ ਹੈ ਦੇ ਵਿੱਚ 29 ਮਾਰਚ ਯਾਨੀ ਕਿ ਇੱਕ ਦਿਨ ਪਹਿਲਾਂ ਦੀ ਡੇਟ ਆਪਾਂ ਨੂੰ ਇਹਦੇ ਵਿੱਚ ਮਿਲੀ ਹੈ ਤੇ ਪਾਰਟੀ ਡੀਟੇਲ ਤੁਸੀਂ ਇਹਦੇ ਵਿੱਚ ਦੇਖ ਸਕਦੇ ਹੋ ਸਿੰਘ ਐਂਡ ਅਦਰਸ ਵਰਸਸ ਸਟੇਟ ਆਫ ਪੰਜਾਬ ਐਂਡ ਅਦਰਸ ਹੈ ਤੇ ਇੱਥੇ ਆਪਣੇ ਐਡਵੋਕੇਟ ਰਹਿਣਗੇ ਹਿੰਮਤ ਸਿੰਘ ਸਿੱਧੂ ਜੋ ਇਸ ਦੇ ਵਿੱਚ ਐਡਵੋਕੇਟ ਹੈਗੇ ਆ ਤੇ ਅਰਜੈਂਟ ਬੇਸਿਸ ਲਿਸਟ ਟਾਈਪ ਹੈਗੀ ਹੈ ਜੀ ਇਹ 6 ਪੈਂਤੀ ਦਾ ਕੇਸ ਹੈ ਤੇ 29 ਮਾਰਚ ਨੂੰ ਇਸ ਦੀ ਸੁਣਵਾਈ ਹੋਏਗੀ ਸੋ ਹੁਣ ਆਪਾਂ ਨੂੰ 29 ਮਾਰਚ ਨੂੰ ਕੱਲ ਜਿਹੜਾ ਹੈ ਇਸ ਦੇ ਬਾਰੇ ਪਤਾ ਲੱਗੇਗਾ ਕਿ ਸਟੇ ਬਾਰੇ ਜਿਹੜਾ ਹੈ ਕੋਰਟ ਦੇ ਵਿੱਚ ਕੀ ਕਿਹਾ ਜਾਂਦਾ ਹੈ ਕੱਲ ਦੀ ਸੁਣਵਾਈ ਅਹਿਮ ਸੁਣਵਾਈ ਹੋ ਸਕਦੀ ਹੈ ਸੋ ਕੱਲ ਦੀ ਸੁਣਵਾਈ ਬਾਰੇ ਅਗਰ ਡਿਟੇਲਡ ਇਨਫੋਰਮੇਸ਼ਨ ਤੁਸੀਂ ਟਾਈਮ ਟੂ ਟਾਈਮ ਚਾਹੁੰਦੇ ਹੋ ਤਾਂ ਇਸੇ ਤਰ੍ਹਾਂ ਆਪਣੇ ਚੈਨਲ ਨਾਲ ਜੁੜੇ ਰਹੋ Telegram ਚੈਨਲ ਨੂੰ ਜ਼ਰੂਰ ਜੁਆਇਨ ਕਰੋ ਕਿਉਂਕਿ ਉੱਥੇ ਤੁਹਾਨੂੰ ਕੇਸ ਦੇ ਰਿਕਾਰਡਿੰਗ ਕੀ ਚੱਲ ਰਿਹਾ ਟਾਈਮ ਟੂ ਟਾਈਮ ਅਪਡੇਟ ਦਿੱਤੀ ਜਾਂਦੀ ਹੈ ਸੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ ITT ਯੂਨੀਅਨ ਜਿਹੜੀ ਮੀਟਿੰਗ ਹੈ ਉਹ ਪੰਜਾਬ ਦੇ ਜੋ ਆਪਣੇ ਨਵੇਂ ਸੀਐਮ ਬਣੇ ਆ ਭਗਵੰਤ ਸਿੰਘ ਜੀ ਉਹਨਾਂ ਨਾਲ ਕੀਤੀ ਗਈ ਸੀ ਤੇ ਉੱਥੇ ਕਾਫੀ ਜਿਹੜਾ ਹਾਂ ਪੱਖੀ ਹੰਗਾਰ ਆਪਾਂ ਨੂੰ ਮਿਲਿਆ ਤੇ ਜਲਦੀ ਹੀ ਹੱਲ ਕਰਨ ਦਾ ਉੱਥੋਂ ਭਰੋਸਾ ਦਿੱਤਾ ਗਿਆ ਤੇ ਸੀਐਮ ਦੇ ਵਿੱਚ ਵੀ ਆਪਾਂ ਨੂੰ ਇੱਕ ਦਿਨ ਪਹਿਲਾਂ ਦੀ ਡੇਟ ਮਿਲ ਚੁੱਕੀ ਹੈ ਸੋ ਦੇਖਦੇ ਹਾਂ ਜੀ ਹੁਣ ਜਿਹੜਾ ਹੱਲ ਹੈ ਉਹ ਕੱਲ ਕੀ ਮਿਲਦਾ ਹੈ ਇਸ ਜਿਹੜੀ ਅਫੀਸ਼ੀਅਲ ਇਨਫੋਰਮੇਸ਼ਨ ਆਪ ਇਨਫੋਰਮੇਸ਼ਨ ਤੁਹਾਡੇ ਲਈ 유ਸਫੁਲ ਰਹੀ ਹੋਏਗੀ ਪਲੀਜ਼ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਸਭ ਤੱਕ ਇਨਫੋਰਮੇਸ਼ਨ ਪਹੁੰਚ ਜਾਏ ਨਾਲ ਹੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਬੈਲ ਆਈਕਨ ਨੂੰ ਪ੍ਰੈਸ ਕਰਕੇ 올 ਤੇ ਜ਼ਰੂਰ ਕਲਿੱਕ ਕਰ ਲਿਆ ਕਰੋ ਤਾਂ ਕਿ ਤੁਹਾਨੂੰ ਇਸੇ ਤਰ੍ਹਾਂ ਵੀਡੀਓਜ਼ ਦੀ ਨੋਟੀਫਿਕੇਸ਼ਨ ਪਹੁੰਚਦੀ ਰਹੇ ਫੇਸਬੁੱਕ ਜਾਂ ਟੈਲੀਗ੍ਰਾਮ ਦੇ ਚੈਨਲ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਉਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ ਥੈਂਕ ਯੂ